ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੈਮ ਜੀ ਵਲੌਗਸ 'ਚ ਵੈਲਕਮ ਹੈ। ਅੱਜ ਅਸੀਂ ਬਣਾਉਂਗੇ ਰਬੜੀ ਫਲੂਦਾ। ਸੋ ਵੀਕਐਂਡ ਸੀਗੀ ਤਾਂ ਅਸੀਂ ਬੋਰ ਹੋਏ ਪਏ ਸੀ, ਸੋ ਅਸੀਂ ਸੋਚਿਆ ਕਿ ਅਸੀਂ ਫਲੂਦਾ ਬਣਾ ਲਈਏ। ਸੋ ਅਸੀਂ ਅੱਜ ਆਵਲੇ ਯੂਜ਼ ਕਰਨ ਲੱਗੇ ਹਾਂ ਰਬੜੀ ਫਲੂਦਾ। ਅਤੇ ਹੁਣ ਮੈਂ 1 ਲੀਟਰ ਦੁੱਧ ਦਾ ਉਬਾਲਿਆ ਆ ਅਤੇ ਨਾਲ ਮੈਂ ਥੋੜ੍ਹਾ ਨਾ ਵਿੱਚ ਪਾਣੀ ਪਾ ਦੇਣਾ ਤਾਂ ਕਿ ਦੁੱਧ ਥੱਲੇ ਨਾ ਲੱਗੇ। ਅਤੇ ਜਦੋਂ ਇਹ ਬੋਇਲ ਹੋ ਗਿਆ ਤਾਂ ਫਿਰ ਮੈਂ ਤੁਹਾਨੂੰ ਮਿਲੂੰਗੀ। ਸੋ ਗਾਇਸ, ਸਾਡਾ ਦੁੱਧ ਉਬਲ ਗਿਆ ਆ, ਹੁਣ ਇਹਨੂੰ ਆਇਆ ਸੀਗਾ ਉਬਾਲਾ। ਅਤੇ ਹੁਣ ਅਸੀਂ ਆਪਣਾ ਪੈਕ ਪਾ ਲੈਣਾ ਵਿੱਚ। ਸੋ ਅੰਦਰੋਂ ਦੀ ਇੱਦਾਂ ਦਾ ਹੁੰਦਾ ਆ, ਇਹ 'ਚ ਸਾਰਾ ਕੁਛ ਹੁੰਦਾ, ਸ਼ੂਗਰ ਵਗੈਰਾ ਜੋ ਵੀ ਇਹਦੇ ਨਾਲ ਸੇਮੀਆਂ ਹੁੰਦੀਆਂ ਆ ਅਤੇ ਸਾਰਾ ਕੁਛ ਇਹਦੇ ਵਿੱਚ ਹੁੰਦਾ। ਸੋ ਸਾਨੂੰ ਸਿਰਫ ਦੁੱਧ ਚਾਹੀਦਾ ਹੁੰਦਾ ਬੇਸਿਕਲੀ। ਸੋ ਮੈਂ ਵਿੱਚ ਪਾ ਲੈਣਾ ਮਿਕਸ। ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਕੰਬਾਈਨ ਕਰ ਦੇਣਾ ਹੈ। ਸੋ ਇਹਨੂੰ ਚੰਗੀ ਤਰ੍ਹਾਂ ਕੰਬਾਈਨ ਕਰਕੇ ਇਹਨੂੰ ਅਸੀਂ 15 ਤੋਂ 20 ਮਿੰਟ ਤੁਸੀਂ ਇਹਨੂੰ ਕੁੱਕ ਕਰਨਾ ਆ, ਜੋ ਤੱਕ ਕਿ ਚੰਗੀ ਤਰ੍ਹਾਂ ਥਿੱਕ ਨਹੀਂ ਹੋ ਜਾਂਦਾ, ਜਿਹੜੇ ਸੇਮੀਆਂ ਥੋੜ੍ਹੀਆਂ ਇੰਨਾ ਵੱਧ ਨਹੀਂ ਜਾਂਦੀਆਂ ਸਾਈਜ਼ ਵਿੱਚ, ਅਤੇ ਫਿਰ ਰੈਡੀ ਹੋ ਜੂਗਾ ਅਤੇ ਫਿਰ ਮੈਂ ਤੁਹਾਨੂੰ ਮਿਲਦੀ ਹਾਂ। ਸੋ ਗਾਇਸ, ਸਾਡੇ ਫਲੂਦੇ ਨੂੰ ਕੁੱਕ ਹੁੰਦੇ ਨੂੰ 20 ਮਿੰਟ ਹੋ ਗਏ ਆ ਅਤੇ ਐਨ ਚੰਗੀ ਤਰ੍ਹਾਂ ਹੋ ਗਏ ਜਿਹੜੇ ਸੇਮੀਆਂ ਵਗੈਰਾ ਹੁੰਦੀਆਂ ਆ। ਅਤੇ ਹੁਣ ਇਹਨੂੰ ਅਸੀਂ ਕੂਲ ਹੋਣ ਦੇਣਾ ਆ 1.5 ਘੰਟਾ, ਤਾਂ ਕਿ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਅਤੇ ਫਿਰ ਮੈਂ ਤੁਹਾਨੂੰ ਐਂਡ ਰਿਜ਼ਲਟ ਦਿਖਾਉਂਦੀ ਹਾਂ ਅਤੇ ਇਹਨੂੰ ਅਸੀਂ ਪ੍ਰਜੈਂਟ ਕਰਦੇ ਹਾਂ ਅਤੇ ਇਹਨੂੰ ਖਾਂਦੇ ਹਾਂ। ਬਾਏ। ਸੋ ਗਾਇਸ, ਫਲੂਦੇ ਨੂੰ ਹੋ ਗਿਆ ਹੁਣ 1 ਘੰਟਾ ਐਕਚੁਲੀ, ਸੋ ਆਹ ਕੁੱਕ ਨਾਲ ਥਿੱਕ ਹੋ ਗਿਆ ਆ। ਸਾਡਾ ਫਲੂਦਾ ਅਸੀਂ ਕਾਫੀ ਥਿੱਕ ਕਰ ਦਿੰਦੇ, ਸਾਡਾ ਇੰਨਾ ਹਿਸਾਬ ਨਾਲ ਸੇਵੀਆਂ ਬਣ ਜਾਂਦੀਆਂ ਹੈ। ਅਤੇ ਹੁਣ ਮੈਂ ਇਹਨੂੰ ਪਾਉਂਦੀ ਹਾਂ ਅਤੇ ਇਹਨੂੰ ਟੇਸਟ ਕਰਦੇ ਹਾਂ। ਸੋ ਮੈਂ ਇੰਨਾ ਯੂਜ਼ ਕਰਨੀ ਆ ਜਾਂ ਖਾਣੀ ਹੈ ਵਨੀਲਾ ਆਈਸਕ੍ਰੀਮ, ਅਤੇ ਹੁਣ ਮੈਂ ਪਹਿਲਾਂ ਆਈਸਕ੍ਰੀਮ ਪਾ ਲਾਂ ਅਤੇ ਫਿਰ ਅਸੀਂ ਫਲੂਦਾ ਪਾਉਂਦੇ ਹਾਂ। ਸੋ ਗਾਇਜ਼, ਮੈਂ ਆਈਸਕ੍ਰੀਮ ਪਾ ਲਈ, ਅੱਧੀ ਤਾਂ ਉੱਥੇ ਟੇਬਲ 'ਤੇ ਡਿੱਗ ਗਈ ਸੀਗੀ ਕਿਉਂਕਿ ਮੈਂ ਬਹੁਤ ਕਲਮਜ਼ੀ ਹਾਂ, ਪਰ ਐਨੀਵੇਜ਼ ਮੈਂ 2 ਸਕੂਪ ਪਾਏ ਹੋਣੇ ਆ। ਅਤੇ ਹੁਣ ਮੈਂ ਇਹਦੇ ਉੱਪਰ ਇਹਨੂੰ ਟੋਪ ਕਰ ਦੇਣਾ ਆਪਣੇ ਫਲੂਦਾ ਸਲੈਸ਼ ਸੇਮੀਆਂ ਦੇ ਨਾਲ, ਅਤੇ ਤੁਸੀਂ ਜਿੰਨਾ ਮਰਜ਼ੀ ਪਾ ਸਕਦੇ ਹੋ, ਪਰਸਨਲ ਪ੍ਰੈਫਰੈਂਸ। ਸੋ ਇਹ ਹੈਗਾ ਮੇਰਾ ਫਲੂਦਾ ਰੈਡੀ ਹੋ ਗਿਆ, ਅਤੇ ਹੁਣ ਮੈਂ ਬਾਕੀ ਸਾਰਾ ਆਈਸਕ੍ਰੀਮ ਰੱਖ ਕੇ ਆਉਂਦੀ ਹਾਂ ਅਤੇ ਫਿਰ ਅਸੀਂ ਟੇਸਟ ਕਰਦੇ ਹਾਂ। ਸੋ ਮੈਂ ਹੁਣ ਟੇਸਟ ਕੀਤਾ ਅਤੇ ਬਹੁਤ ਜ਼ਿਆਦਾ ਟੇਸਟੀ। ਮੈਂ ਰੈਕਮੈਂਡ ਕਰਦੀ ਹਾਂ ਕਿ ਤੁਸੀਂ ਇਹਨੂੰ ਆਈਸਕ੍ਰੀਮ ਨਾਲ ਖਾਈਓ ਅਤੇ ਇਹਨੂੰ ਠੰਡਾ ਖਾਈਓ। ਅਤੇ ਉਸ ਅੱਜ ਦੀ ਵੀਡੀਓ ਮੈਂ ਇੱਥੇ ਐਂਡ ਕਰਦੀ, ਤੁਹਾਨੂੰ ਪਸੰਦ ਆਈ ਉਹ ਜ਼ਰੂਰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਅਤੇ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਮਿਲੂੰਗੀ। ਥੈਂਕਸ ਫੋਰ ਵਾਚਿੰਗ, ਬਾਏ।